ਆਪਣਾ ਆ ਭਾਈ ਪੈਸੇ ਨੂੰ ਅੱਜ ਦੇ ਪੈਸੇ ਆ ਇੱਧਰ ਆ ਇਹ ਆ ਬਈ ਇੱਧਰ ਹੁਣ ਮੈਂ ਪੈਸੇ ਬਣਾਉਂਦਾ ਆ ਭਾਈ ਪੈਸੇ ਜਿਹੜੇ ਕਿ ਨਾ ਚੋਰਾਂ ਨੇ ਲੁੱਟੇ ਸੀਗੇ ਅੱਜ ਤਾਂ ਇਹਨਾਂ ਤੋਂ ਲਿਆ ਤੇ ਆਹ ਬੰਦੇ ਇਹਨਾਂ ਨੂੰ ਮੋੜ ਲੱਗਿਆ ਲਟੇਰੇ ਫੜੇ ਆ ਚਿੱਬੇ ਤੇ ਸਲੇਪਰਾ ਚਿੱਬੇ ਤੇ ਪੈਸੇ ਲੁੱਟੇ ਆ ਆਹ ਚਿੱਬੇ ਤੇ ਲੁੱਟਿਆ ਆਹ ਬੁੜੀ ਦੇ ਘਰੇ ਪੈਸੇ ਚਿੱਟਾ ਵੇਚਦੀ ਆ ਇਹਨਾਂ ਨੇ ਚਿੱਟਾ ਲਿਆ ਆਹ ਸਾਰੀ ਦੁਨੀਆ ਖੜੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ ਮੈਂ ਤਰਨਦੀਪ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਭਰੇ ਬਾਜ਼ਾਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਇਹ ਜੋ ਲੁਟੇਰੇ ਨੇ ਚੋਰ ਨੇ ਪਹਿਲਾਂ ਜੋ ਸਮਾਨ ਲੁੱਟਦੇ ਨੇ ਫਿਰ ਉਸਨੂੰ ਵੇਚ ਕੇ ਨਸ਼ਾ ਕਰਦੇ ਨੇ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਿੱਧਵਾਂ ਵੇਟ ਦੀ ਦੱਸੀ ਜਾ ਰਹੀ ਹੈ ਜਿੱਥੇ ਸਿੱਧਵਾਂ ਵੇਟ ਦੇ ਪਿੰਡ ਸੈਲਪੁਰਾ ਦੇ ਵਿੱਚ ਲੁਟੇਰਿਆਂ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕੀਤਾ ਦਰਅਸਲ ਕਈ ਦਿਨਾਂ ਤੋਂ ਪਿੰਡ ਵਿੱਚ ਲੁੱਟਾਂ ਖੋਹਾਂ ਕਰਦੇ ਸੀ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਇਹਨਾਂ ਲੁਟੇਰਿਆਂ ਦੀ ਖੂਬ ਕੁੱਟਮਾਰ ਕੀਤੀ ਇਹਨਾਂ ਦਾ ਕਟਾਪਾ ਚਾੜਿਆ ਦਰਅਸਲ ਇਹ ਪਿੰਡ ਦੇ ਵਿੱਚੋਂ ਹੀ ਚੋਰੀ ਕਰਦੇ ਸੀ ਉੱਥੇ ਇਹ ਖਬਰ ਸਾਹਮਣੇ ਆਈ ਹੈ ਕਿ ਪਿੰਡ ਦੀ ਇੱਕ ਬਜ਼ੁਰਗ ਔਰਤ ਵੀ ਨਸ਼ੇ ਦੀ ਤਸਕਰੀ ਕਰਦੀ ਹੈ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਲੁਟੇਰਿਆਂ ਨੇ ਦੱਸਿਆ ਕਿ ਜੋ ਇਹ ਲੁੱਟ ਦਾ ਮਾਲ ਹੁੰਦਾ ਹੈ ਉਹ ਉਸ ਬਜ਼ੁਰਗ ਨੂੰ ਦੇ ਦਿੰਦੇ ਹਨ ਜਿਸ ਤੋਂ ਬਾਅਦ ਉਹ ਉਸ ਤੋਂ ਨਸ਼ਾ ਲੈ ਕੇ ਨਸ਼ਾ ਕਰਦੇ ਨੇ ਉਸ ਦੌਰਾਨ ਪਿੰਡ ਦੇ ਲੋਕਾਂ ਨੇ ਇਹਨਾਂ ਨੌਜਵਾਨਾਂ ਨੂੰ ਕਾਫੀ ਕੁੱਟਿਆ ਕੁੱਟ ਤੋਂ ਬਾਅਦ ਕੁਟਾਪੇ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਪਣਾ ਭਾਈ ਪੈਸੇ ਨੂੰ ਅੱਜ ਦੇ ਪੈਸੇ ਆ ਇੱਧਰ ਆ ਇਹ ਆ ਬਈ ਇੱਧਰ ਹੁਣ ਮੈਂ ਪੈਸੇ ਬਣਾਉਂਦਾ ਆ ਭਾਈ ਪੈਸੇ ਜਿਹੜੇ ਕਿ ਨਾ ਚੋਰਾਂ ਨੇ ਲੁੱਟੇ ਸੀਗੇ ਆਹ ਚਿੱਟਾ ਇਹਨਾਂ ਤੋਂ ਲਿਆ ਤੇ ਆਹ ਬੰਦੇ ਇਹਨਾਂ ਨੂੰ ਮੋੜ ਲੱਗਿਆ ਲਟੇਰੇ ਫੜੇ ਆ ਚਿੱਬੇ ਤੇ ਸਲੇਪਰਾ ਟਿੱਬੇ ਤੇ ਪੈਸੇ ਲੁੱਟੇ ਆ ਆਹ ਚਿੱਬੇ ਤੇ ਲੁੱਟਿਆ ਆਹ ਬੁੜੀ ਦੇ ਘਰੇ ਪੈਸੇ ਚਿੱਟਾ ਵੇਚਦੀ ਆ ਇਹਨਾਂ ਨੇ ਚਿੱਟਾ ਲਿਆ ਆਹ ਸਾਰੀ ਦੁਨੀਆ ਖੜੀ ਆ ਆਹ ਖੜਿਆ ਲਟੇਰੇ ਆਹ ਫੜਾ ਭਈਏ ਨੂੰ ਜਿਹਦੇ ਲੁੱਟਿਆ ਪੈਸੇ ਉਹ ਕਿਦੋਂ ਲੁੱਟਿਆ ਪੈਸੇ ਆਹ ਭਈਆ ਕਿਤੇ ਆਹੋ ਮੋਬਾਈਲ ਖੋਲ ਲਿਆ ਪੈਸਾ ਖੋਲ ਲਿਆ 2000 ਹੱਥ ਮੇਰਾ ਬੈਂਡਿੰਗ ਕਰ ਦਿਆ ਚਿੱਟੇ ਵਾਲੀ ਕੇ ਪਾਸ ਪੈਸੇ ਹੈ ਉਸਨੇ ਆਪਣੇ ਹੱਥ ਚ ਕੱਢ ਕੇ ਦੀਏ ਮੋਬਾਈਲ ਵੀ ਉਸੀ ਕੇ ਪਾਸ ਹੈ ਮੇਰਾ ਤੁਹਾਡੇ ਕੋਲ ਕੀ ਹੋਇਆ ਹਾਂਜੀ ਮੇਰਾ 2:25 ਦੇ ਕਰੀਬ ਆਪਣਾ ਜਨੇਤਪੁਰਾ ਪਿੰਡ ਆ ਜਿੱਥੇ ਫੌਜੀ ਦਾ ਬੁੱਤ ਲੱਗਾ ਮੁੰਡੇ ਦਾ ਉੱਥੇ ਮੇਰੇ ਨਾਲ ਇਹਨਾਂ ਨੇ ਸਾਈਕਲ 'ਤੇ ਸੀ ਮੈਂ ਮੇਰੇ ਮੋਬਾਇਲ ਖੋਲਿਆ 2400 ਰੁਪਈਆ ਸੀਗਾ ਬੁੱਢਾ ਜੋ ਉਹ ਵੀ ਇਹਨਾਂ ਨੇ ਕੱਢਿਆ ਪੂਰਾ ਗੀਜਾ ਉਹ ਮੇਰਾ ਕਮੀਜ਼ ਸਾਰਾ ਪਾੜਤਾ ਇਹਨਾਂ ਨੇ ਇੱਥੋਂ ਫੜ ਲਿਆ ਇਸੇ ਕਰਕੇ ਦੁਨੀਆਂ ਚੀਜ਼ਾਂ ਲੈ ਗਏ ਮੈਂ ਕਿਹਾ ਯਾਰ ਮੋਬਾਇਲ ਤਾਂ ਦੇ ਦਿਓ ਕੰਮ ਕੰਮ ਪੈਸੇ ਤਾਂ ਸਭ ਤੁਸੀਂ ਲੈਣੇ ਹੀ ਲੈਣੇ ਆ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਵੀ ਪੈਸੇ ਲੈ ਜਾਓ ਤੁਸੀਂ ਮੈਂ ਜਿੰਨੇ ਮੇਰੇ ਕੋਲ ਸਾਰੇ ਲੈ ਜਾਓ ਪੈਸੇ ਮੈਂ ਤੁਹਾਨੂੰ ਆਪ ਹੀ ਫੜਾ ਦਿੰਦਾ ਮੇਰੇ ਹੱਥ ਪਾਉਂਦੇ ਪਾਉਂਦੇ ਇਹਨਾਂ ਨੇ ਐਂ ਖਿੱਚਿਆ ਜੀ ਮੋਟਰਸਾਈਕਲ 3 ਜਣੇ ਸੀ ਮੋਟਰਸਾਈਕਲ ਦੇ ਉਹਦੇ ਕੋਲ 10 ਸੀ ਇਹਨੇ 10 ਬਾਬਾ ਮਾਰਿਆ ਮੇਰੇ ਆ ਇੱਥੇ ਪਹਿਲਾਂ ਆਹ ਦੇਖੋ ਇੱਥੇ ਆਹ ਨਿਸ਼ਾਨ ਆ ਜੀ 10 ਦਾ ਪਿੰਡੇ ਪੁੱਠਾ ਦਾ ਮਾਰਿਆ ਮੈਂ ਕਿਹਾ ਵੀ ਤੁਹਾਨੂੰ ਕੀ ਪੈਸੇ ਚਾਹੀਦੇ ਵੀ ਸੋਇਆ ਨਾ ਮੈਂ ਬਜ਼ੁਰਗ ਆਦਮੀ ਮੈਂ ਠੀਕ ਨਹੀਂ ਰਹਿੰਦਾ ਹੈਗਾ ਸਿਹਤ ਮੇਰੀ ਤੇ ਤੁਸੀਂ ਮੈਂ ਤੁਹਾਨੂੰ ਮੈਂ ਆਪ ਹੀ ਪੈਸੇ ਦੇ ਦਿੰਦਾ ਹੋਰ ਵੀ ਮੇਰੇ ਹੋਰ ਵੀ ਸਾਡੇ ਪਿੰਡ ਦੀਆਂ ਮੈਂ ਵੀ ਸਾਡੇ ਮਤਲਬ ਮੈਂ ਫਿਰੋਜ਼ਪੁਰ ਮੰਡੀ ਤੋਂ ਆਉਂਦਾ ਸੀ ਹਾਂਜੀ ਬੜੇ ਆਰਾਮ ਦੇ ਰਾਤ ਦੀ ਸਕੂਟੀ 'ਤੇ ਬੈਠਾ ਮੈਨੂੰ ਕੋਈ ਪਤਾ ਨਹੀਂ ਲੱਗਾ ਕਿ ਮੈਂ ਆਪਦੇ ਪਿੰਡ ਵਾਲੇ ਪੁਲ ਤੋਂ ਗਾਂਹ ਤੁਰਿਆ ਇੱਕ ਮੁੰਡਾ ਮੋਟਰਸਾਈਕਲ 'ਤੇ ਬੈਠਾ ਇੱਕ ਮੇਰੀ ਸਕੂਟੀ ਨੂੰ ਰੋਕਣ ਲੱਗ ਗਿਆ ਮੈਂ ਉਹਨੂੰ ਕਿਹਾ ਵੀ ਕਾਕਾ ਪਰੇ ਹੋ ਜਾ ਹੌਲੀ ਹੋ ਗਈ ਸਕੂਟੀ ਉਹਨੇ ਮੇਰਾ ਗੀਜਾ ਖਿੱਚਿਆ ਮੋਟਰਸਾਈਕਲ 'ਤੇ ਬੈਠ ਕੇ ਕਿੰਨੀ ਕੁ ਪੇਮੈਂਟ ਸੀ ਵਿੱਚ ਵਿੱਚ ਤਾਂ ਐਵੇਂ ਰੁਪਈਏ 60-70 ਸੀ ਜੀ ਬੈਸ ਉਹ ਗੱਲ ਤਾਂ ਕਹਿਣ ਦਿਓ ਕਹਿੰਦੇ ਚਿੱਟੇ ਵਾਲੇ ਪਤਾ ਨਹੀਂ ਚਿੱਟੇ ਵਾਲੇ ਫੜਾ ਉਹਦਾ ਚਿੱਟੇ ਵਾਲੀ ਬੀਬੀ ਸਰਿਆ ਉਹ ਚਿੱਟਾ ਵੇਚਦੀ ਪੈ ਲੈਂਦੀ ਫੜਾ ਦੀ ਉਹਨੂੰ ਕਾਰਵਾਈ ਕਰਿਓ ਉਹਦੇ ਤੇ ਕੱਲ ਜੀ ਕੱਲ ਫੇਰ ਇੱਥੇ ਆ ਜਿਹੜੇ ਫੜੇ ਵਾਲੇ ਕੋਈ ਬੈਠੇ ਆ ਕੋਈ ਕਾਰਵਾਈ ਨਹੀਂ ਅੱਜ ਤੱਕ ਚਲੋ 10000 ਰੁਪਏ ਕੱਲ ਸਾਡੇ ਪਿੰਡ ਆਪਣ ਦੇ ਉਹਦੇ ਪ੍ਰੋਣੇ ਦਾ ਲੁਕਿਆ ਇਹਨਾਂ ਨੇ ਚਿੱਟੇ ਵਾਲੀ ਨਾਲ ਹੀ ਚਲੇ ਆਪਣਾ
चार बेचता चौबी 2500 रुपया खुद हो गया 8-7 दिन चार बेच गया बच्चे पाल दिया इन्हों 8-10 दिन हो गए अपने नहर के पुल तो आ मदारे तो लैके रऊगढ़ से कोई भी बंदा आता ना कोई राहगीर होवे कोई सब्जी बेचने वाला होवे कोई गुजर भाईचारा होवे कोई भैया होवे जे मोबाइल मिलदा मोबाइल खोल लैंदे आ पैसे हुंदे आ पैसे खोल लैंदे आ इह ते फिर लोकां ने रसूलपुर दे ते रऊगढ़ दे बंदियां ने ताड़ रखी ओह चिट्टा वेख जदों गल इह लुट्टा खोह करन लगे उत्थों इन्हां ने पैसे भैया खोह के इहदा मोबाइल आ बेचारे गरीब दा ते सट गया वी हाथ वी टुट इहदा मोबाइल खोह के सड़ता वी मुड़ जूगा जो पता लग गया जी मगर पाए उतो भजे सलेमपुर जाके बुढ़ी तो चिट्टा उन्होंने पैसे फड़ा दे मूवी के बच्चे पैसे भी बुढ़ी भी दे दी है पैसे भी दे दी इन्हों का बहुत बड़ा ग्रोह हा यदा हजे चार फड़े आ ना इन्हों ने इन्हों की पसगैस हो चिट्टे के होर बंदे जड़े बेचते उन्हों का भी पता लग जू तो नाले जेडे इन्हे होर बंदे या ग्रोह है इन्हों के नाल के आसे पासे पिंड का वो पता लग जू पुलिस कल मिले जी एस एस ओ साहब एस एस ओ साहब सू क ਬਈ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਇਹਨਾਂ ਦਾ ਰਿਮਾਂਡ ਲਵਾਂਗੇ ਜਦੋਂ ਰਿਮਾਂਡ ਤੋਂ ਬਾਅਦ ਇਹ ਦੱਸਣਗੇ ਵੀ ਸਾਡੇ ਨਾਲ ਕਿਹੜੇ ਆ ਵੀ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਅਸੀਂ ਆਏ ਹਾਂ ਵੀ ਕੱਲ੍ਹ ਦੀ ਨਾ ਤਾਂ ਚਿੱਟੇ ਵਾਲੀ ਬੁੜੀ ਨੂੰ ਸਰਿਆ ਸਾਡੇ ਕੋਲ ਮੂਵੀ ਵੀ ਪਈ ਆ ਸਾਰਾ ਕੁਝ ਆ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਹੜੇ ਵੇਲੇ ਦੀ ਬੁੜੀ ਇਹ ਬੁੜੀ ਟਿੱਬੇ ਦੀ ਆ ਸਲੇਮਪੁਰੇ ਦੀ ਅਤੇ ਜੇ ਨਾ ਵੀ ਇਹਨਾਂ ਨੇ ਕੋਈ ਕਾਰਵਾਈ ਕੀਤਾ ਪੁਲਿਸ ਦੇ ਪੂਰੇ ਐਸ ਐਸ ਪੀ ਸਾਹਿਬ ਨੂੰ ਵੀ ਮਿਲਾ ਕੇ ਧਰਨਾ ਵੀ ਲਾਵਾਂਗੇ ਅਤੇ ਇਹਨਾਂ ਦੇ ਵੱਧ ਤੋਂ ਵੱਧ ਅਸੀਂ ਕਾਨੂੰਨੀ ਕਾਰਵਾਈ ਕਰਾਉਣੀ ਹੈ ਅਤੇ ਜਿਹੜਾ ਦਿਨੇ ਦਿਹਾੜੀ ਲੁੱਟਾ ਖੋਹਾਂ 5-5, 7-7 ਬੰਦੇ ਲੁੱਟ ਰਹੇ ਆ ਕੋਈ ਹੋਇਆ ਹੀ ਨਹੀਂ ਗਾ ਅਤੇ ਲੋਕ ਬਹੁਤ ਹੁਣ ਦੁਖੀ ਸੀਗੇ ਇਹ ਇਕੱਠੇ ਹੋ ਕੇ ਦੋਨਾਂ ਪਿੰਡਾਂ ਨੇ ਰਹੂਗਾ ਅਤੇ ਰਸੂਲਪੁਰ ਦੇ ਨੇ ਤਾਂ ਫੜ ਜਾਏ ਸਾਡੀਆਂ 5-5 ਏਕੜ ਰਾਤ ਨੂੰ 5 ਮੋਟਰਾਂ ਦੀਆਂ ਤਾਰਾਂ ਦੂਏ ਦਿਨ ਫਿਰ ਸਾਰਾ ਰਹੂਗਾ ਤੋਂ ਜਿਹੜਾ ਪੁਲ ਤੋਂ ਲੈ ਕੇ ਸੂਬੇ ਦੇ ਤੋਂ ਲੈ ਕੇ ਨਹਿਰ ਤੱਕ ਕੋਈ ਇਹਨਾਂ ਨੇ ਮੋਟਰ ਨਹੀਂ ਛੱਡੀ ਜਿਹਦੀ ਤਾਰ ਨਾ ਲਾਈ ਹੋਵੇ ਕੋਈ ਰਾਹ ਗਈ ਨਹੀਂ ਛੱਡਦੇ ਚਾਹੇ ਕੋਈ ਭਈਆ ਫਿਰ ਉੱਥੇ ਇਹਨਾਂ ਦੇ ਨਾਲ ਦੇ ਹੋਰ ਬੰਦੇ ਆ ਉਹ ਰਾਤ ਉਹ ਜਿਹੜਾ ਸਾਡਾ ਮਰਾਣੇ ਮਾਰਟ ਦਾ ਉੱਥੇ ਡੈਰੀ ਫਾਰਮ ਆ ਉਹ ਭਈਆ ਨੂੰ ਗਾਲਾਂ ਕੱਢ ਕੇ ਗਏ ਵੀ ਸਾਡੇ ਬੰਦੇ ਫੜਾ ਦੇ ਤੁਹਾਡੇ ਨਾਲ ਦੇਖਾਂਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਰਹਿੰਦੇ ਆ ਉਹ ਧਮਕੀਆਂ ਦਿੰਦੇ ਆ ਵੀ ਉਹ ਉਹਨਾਂ ਦਾ ਵੀ ਪਤਾ ਕੀਤਾ ਜਾਵੇ ਕੌਣ ਆ ਹਾਂਜੀ ਸਾਨੂੰ ਸਿੱਧੂ ਬੇਟ ਏਰੀਏ 'ਚ ਪੂਰਾ ਪਿੰਡ ਸਲੈਮਪੁਰਾ ਪਿੰਡ ਪੈਂਦਾ ਤੋ ਉੱਥੋਂ ਉਹਨਾਂ ਨੇ ਬੰਦੇ ਫੜ ਕੇ ਦਿੱਤੇ ਸੀ ਜਿਨ੍ਹਾਂ ਨੇ ਇੱਕ ਰੇਹੜੀ ਵਾਲੇ ਤੋਂ 2000 ਰੁਪਇਆ ਖੋਇਆ ਸੀ ਅਤੇ ਨਾਲੇ ਉਹਦਾ ਮੋਬਾਈਲ ਖੋਇਆ ਸੀ ਤੋ ਕੇਸ ਹੈਜ਼ ਬੀਨ ਰਜਿਸਟਰਡ ਸਲੈਮ ਐਂਡ ਦੇ ਆਰ ਔਨ ਰਿਮਾਂਡ ਵਿਦ ਅਸ ਅਤੇ ਅਸੀਂ ਉਹਨਾਂ ਦੀ ਅੱਗੇ ਵੀ ਪੁੱਛਗਿੱਛ ਕਰ ਰਹੇ ਹਾਂ ਵੀ ਉਹਨਾਂ ਨੇ ਸਾਨੂੰ ਪਤਾ ਚੱਲਿਆ ਸੀ ਕਿ ਪੈਸੇ ਜਿਹੜੇ ਸੀ ਜਿਹੜੇ ਤੋਂ 2000 ਲਿਆ ਸੀ ਉਹ ਕਿਸੇ ਲੇਡੀ ਨੂੰ ਦਿੱਤੇ ਸੀ ਉਹ ਵੀ ਵੀਡੀਓ ਜਿਹੜੀ ਹੈ ਵਾਇਰਲ ਹੋਈ ਹੈ ਅਤੇ ਅਸੀਂ ਉਹ ਵੀ ਸਰਚ ਕੀਤੀ ਹੈ ਅਤੇ ਜਿਵੇਂ ਵੀ ਸਾਨੂੰ ਉਹਦੇ ਤੋਂ ਕੁਛ ਵੀ ਮਿਲਦਾ ਸਾਡੇ ਸੋਰਸ ਲੱਗੇ ਹੋਏ ਨੇ ਅਤੇ ਅਸੀਂ ਉਹਦੇ 'ਤੇ ਵੀ ਕੇਸ ਰਜਿਸਟਰਡ ਕਰਾਂਗੇ